हेलो बेबे, हाँ, सत श्री अकाल। सत्या पुत होर किवें है? ठीक है बेबे, तू सुना? वधिया पुत, ते रिश्ता करा देव दा? करा दे, होर की चाहिदा मैनू? कुड़ी लभी बैठा। अच्छा, ते परियां वर की है? ठीक है, बस कुड़ी अपन सोहनी चाहिए पुत, ते देन लैन दा अपन पूरा नहीं लाल चाहेगा। तू ऐ करी, देव नू पुछ ले एक बारी। देव नू की पूछना है? जो तो मैं बैठी है, मेरी जिम्मेवारी है। तू पुछ भी ले एक बारी। ना ना, पूछने की लोड़ ही नहीं, मेरे बनी मुहा है, तू करा सही बस। मेरी बेइज्जती ना करा दियो। नहीं कराउंदे पुत, नहीं कराउंदे, ए जवान है मेरी, बंदियां तो वधिया जवान है, ए जी गल नहीं कोई भी उम्मीद करदी है मैं बुढ़ी। चल ठीक है बेबे, मैं हुण करदा हां। हां नाले घर दा प्रौणा, नाले ए ध्यान रखी। हां हां, ले हुण ध्यान की रखना, मेनू पता नहीं तू मेरा जवाई है, तेरी कोई हेठी होण दे मैं पकाऊंगी। चल ठीक है, फिर मैं करदा हां ना। हाँ हाँ, कर दे पुत, ठीक है, चंगा। पत्थर लकीर है ਉਹ ਤੇਰੇ ਪੱਥਰ ਲਗੀ ਆ, ਉਹ ਕੱਲ ਨੂੰ ਮੁੰਡਾ ਕਰਦਾ, ਉਹ ਜੇ ਮੁੰਡੇ ਨੇ ਕਹਦਾ ਮੈਂ ਤਾਂ ਕਰਾਉਂਦਾ ਨਹੀਂ, ਮੇਰੀ ਪੱਥਰ ਲਗੀ ਨਾ ਮੁੜ ਕੇ ਕਰੇਗੀ ਤੂੰ? ਮੈਨੂੰ ਨਹੀਂ ਪਤਾ, ਮੈਂ ਤਾਂ ਕਹਿਤਾ ਹਾਂ ਕਰਤੀ, ਮੈਂ ਤਾਂ ਤੂੰ ਤਾਂ ਹਾਂ ਕਰਤੀ, ਗੱਲ ਮੁੰਡੇ ਨੂੰ ਪੁੱਛਣਾ ਵੀ ਜ਼ਰੂਰੀ ਆ। ਪੁੱਛਿਆ ਹੀ ਆ ਬਸ, ਮੁੰਡੇ ਪੁੱਛਿਆ ਹੀ ਆ, ਕੱਲ ਉਹ ਗੱਲ ਸੁਣਨਾ ਮੇਰੀ, ਉਹ ਪ੍ਰਾਹੁਣਾ ਕਰਦਾ, ਜੇ ਕੋਈ ਗੱਲ ਦਾ ਫਰਕ ਪਿਆ ਉਨੀ ਇੱਕ ਹੋ ਗਏ ਨਾ ਸਾਲ ਵਾਲੇ ਆਪਣੇ ਆਪ ਤੋਂ। ਕੁਛ ਨਹੀਂ ਹੁੰਦਾ ਹੈਗਾ, ਤੂੰ ਹੋਰ ਆਓ ਕਰੀ ਜਾਂਦਾ ਸਮਾਂ ਦੀ। ਮੈਂ ਕੀ ਕਰਨਾ, ਚੱਲ ਕਰੋ ਕਰੀ ਜਾਓ, ਆਪਦੀ ਮਰਜ਼ੀ ਆ, ਕੁਛ ਨਹੀਂ ਹੁੰਦਾ, ਮੈਂ ਤਾਂ ਕਰਤੀ ਹਾਂ, ਮਾਰੀ ਜਾਂਦਾ ਹੋਰ ਹੀ। बापू मैं ब्याह करा लिया तेरे पुत ने, देखा ये ब्याह कहड़ा हुंदा क्या है? ਉਹ ਬਾਪੂ ਲਵ ਮੈਰਿਜ ਕਰਾਈ ਆ ਮੈਂ, ਤੂੰ ਲਵ ਮੈਰਿਜ ਨਾ ਕਹਿ, ਤੂੰ ਸਿੱਧੀ ਗੱਲ ਕਹਿ ਪੰਜਾਬੀ ਚ, ਮੈਂ ਕੁੜੀ ਨੂੰ ਘਰੋਂ ਭਜਾ ਕੇ ਲਿਆਇਆਗਾ। ਬਾਪੂ ਵੀ ਆਪ ਨੂੰ ਭੇਜ ਰਿਹਾ ਹੈਗਾ ਮੈਂ, ਇਹਨੂੰ ਲਵ ਮੈਰਿਜ ਨਾ ਕਰਨਾ ਤੁਸੀਂ, ਆਹ ਦੇਖ ਲਾ ਕੀ ਚੱਲ ਬਜਾਰਤਾ, ਸਾਡੇ ਤਾਂ ਸਾਰੇ ਅਰਮਾਨ ਮੰਨ ਕੀ ਰੱਖ ਤੇ, ਔਰ ਮਾਨਾਂ ਨੂੰ ਮਾਰ ਬੋਲਾ, ਆਹ ਦੇਖ ਤੂੰ ਕਿੱਡੀ ਸੋਹਣੀ ਨੋਹ ਆ ਤੇਰੀ, ਪ੍ਰਾਹੁਣੇ ਦੀ ਜਿਹੜੀ ਮਾਂ ਕਰਤੀ ਮੈਂ ਉਹ। ਓ ਯਾਰ ਪ੍ਰਾਹੁਣਾ ਗਿਆ ਤਾਂ ਠੇਕੂ ਚ ਨਾਲੇ, ਤੁਸੀਂ ਮਤਲਬ ਤੁਸੀਂ ਤਾਂ ਮੇਰੇ ਮਾਂ ਪਿਓ, ਤੁਸੀਂ ਮੇਰੀ ਗੱਲ ਸਮਝ ਲਓ। ਉਹ ਸਮਝ ਗਿਆ ਬਈ, ਇਹਦੇ ਪਹਿਲਾਂ ਹਾਂ ਕਿਉਂ ਕਹੀ, ਇਹਦੇ ਮੈਨੂੰ ਕਿਸੇ ਦਾ ਵੀ ਪਤਾ ਨਾ ਮੁੰਡਾ ਨੂੰ ਮੈਂ ਦੇ ਦੇ ਕਿਉਂ ਲੱਗੇ ਇਹ ਹੋਰ ਕੀ ਤੇ ਉੱਤੇ ਵਿਆਹ ਕਰਾਉਣ ਦਾ, ਤਾਂ ਉਹਨੂੰ ਜਾਂ ਜੀ ਦੇ ਨਾ ਵਿਆਹ ਕਰਾਉਣ ਦੀ, ਮੈਨੂੰ ਹੁਣ ਆਈ ਫੱਕ ਲੈ ਕੇ ਆਉਂਦਾ ਤੇ ਇੱਕ ਤੂੰ ਕਿਹੀ ਜਾਂਦੇ ਹੋ ਕਿਸੇ ਹੋਰ ਨੂੰ ਆ ਗਏ ਸੀ ਬਾਪੂ, ਹੁਣ ਉਹੀ ਕੁੱਤੇ ਖਾਣੀ ਕਰਦੀ ਆ, ਮੈਂ ਤਾਂ ਮੇਰੇ ਨੂੰ ਖੰਦੇ ਜੋ ਤੂੰ ਦੇਖ ਕੇ ਬਣਾ ਲਾ ਚਾਹ ਪਾਣੀ ਬੇ, ਮੈਂ ਇਹੋ ਤੋਂ ਨਹੀਂ ਹੋ ਕੇ ਹਾਂ ਕਰੀ ਦੀ, ਤੂੰ ਆ ਕੀ ਕਰਦਾ ਹੈ ਪ੍ਰਾਹੁਣਾ ਕੁੜੀ ਤੇਰੇ ਉੱਤੇ, ਤੂੰ ਸਾਰੀ ਉਮਰ ਉੱਤੇ ਦੀ ਹੁੰਦੀ ਰਿਹਾ ਕਰ, ਕਦੇ ਇਹਦੀ ਵੀ ਵਿਚਾਰੇ ਦੀ ਸੁਣ ਲਿਆ ਕਰ, ਗਰੀਬ ਬੰਦੇ ਦੀ। ਹਾਂ ਇੱਕ ਤਾਂ ਮੈਂ ਨੋ ਲਿਆਂਗਾ, ਮਹਾ ਜਾਲ ਤੇਰੀ ਹੈਲਪ ਕਰਿਆ ਕਰੂੰ, ਇਹਦੀ ਮੇਰੀ ਚੱਲਦੀ ਆ, ਤੂੰ ਤਾਂ ਚਲਾ ਲਾ ਆਪਦੀ, ਤੈਨੂੰ ਦੱਸਿਆ ਅੱਜ ਕੱਲ੍ਹ ਦੇ ਮੁੰਡੇ ਇਹੋ ਜਿਹੇ ਬਈ। ਆਓ ਸਵੀਟੀ ਜੀ, ਦਮਾ ਬੜਾ ਖੁਸ਼ ਹੈ, ਰੱਬ ਦੇ ਬਾਲੀ ਸੁਣੀਆਂ ਮੇਰੀ। ਇਹ ਸੋਡਾ ਘਰ ਹੈਗਾ? ਨਾ ਜੀ, ਗਵਾਂਢੀਆਂ ਦਾ। ਹਾਏ, ਫਿਰ ਤੂੰ ਮੈਨੂੰ ਗਵਾਂਢੀਆਂ ਦੇ ਕਿਉਂ ਲਿਆਇਆ? ਹਾਏ ਹੋਏ, ਤੇਰੇ ਦਿਮਾਗ 'ਚ ਕੀ ਭਰਿਆ ਹੋਇਆ ਓਏ, ਉਹ ਕਹਿੰਦੀ ਮੈਂ ਮਾਡਲਾਂ, ਉਹ ਮੇਰੇ ਹੀ ਘਰ ਹੈ ਇਹ, ਹੋਰ ਆ ਬੇਬੇ ਬਾਪੂ ਨੂੰ ਮਿਲੇ ਦੀ ਗੇੜ 'ਚ। ਪਤਾ ਕੀ ਹੈ, ਤੇਰੀ ਸ਼ਕਲ ਤੋਂ ਦੇਖ ਕੇ ਲੱਗਦਾ ਨਹੀਂ ਨਾ ਵੀ ਤੂੰ ਇਹੋ ਜਿਹੇ ਘਰ ਦਾ, ਵੀ ਇਹੋ ਜਿਹੇ ਘਰ ਤੋਂ ਹੋਏਗਾ। ਹਾਂ ਮਰੇ ਤੂੰ ਝੂਟਣੀ ਹੈ ਜੀ, ਇਹ ਕਿੱਡਾ ਸੋਹਣਾ ਘਰ ਆ ਮੇਰਾ, ਹਨਾ, ਔਰ ਕੰਧਾਂ ਤੇ ਕਿੱਡਾ ਸੋਹਣਾ ਡਿਜ਼ਾਈਨ ਹੈ। ਅੱਛਾ ਹਾਂ ਕੁੜੀ ਦੇ ਐ ਕੱਢ ਕੇ ਲਾ ਦੋ, ਫਿਰ ਮਤਲਬ ਕਿ ਉਹ ਕਿਸੇ ਦੀ ਨਜ਼ਰ ਨੀ ਲੱਗਦੀ ਹੈਗੀ ਨੇੜੇ ਤੇੜੇ ਤੋਂ। ਹਾਂ ਤੇਰੀ ਮੰਮੀ ਨੇ ਵੀ ਲਾਈ ਸੀ ਜਿਹੜੀ ਨੇ ਚੂਹੇ, ਉਹ ਤਾਂ ਉਹਦੇ ਕੋਲੇ ਮੈਨੂੰ ਲੱਗਦਾ ਪੱਦ ਮਾਰਦੀ, ਤਾਂ ਹੀ ਤਾਂ ਬੇਬੇ ਬਾਪੂ ਕੋਲੇ ਬੋਲਦੀ ਨਹੀਂ ਹੈਗੀ। ਹੋਰ ਕੀ ਹੋਏ, ਇੰਨੇ ਸੜੇ ਵਾ ਸਾਡਾ ਟੱਬਰ। ਉਹ ਨਾ
ਬਾਲੇ ਘੈਂਟ ਨੇ ਤਾਂ ਹਜੇ ਤੂੰ ਦੇਖਿਆ ਕੀ ਹੈ ਇੱਕ ਐਡਾ ਕੁ ਸਾਡਾ ਜਮਾਈ ਹੈ ਰੈਡ ਬੁਲ ਮੰਗਵਾ ਦੇ ਬਾਲਾ ਤਾਂ ਮੈਂ ਕੁਛ ਮੰਗਦੀ ਹੋ ਨੀ ਹੈਗੀ ਤੈਨੂੰ ਪਤਾ ਹੀ ਮੈਂ ਤਾਂ ਖਾਂਦੀ ਹੋ ਨੀ ਬਾਲਾ ਕੁਛ ਜੇ ਬਾਲਾ ਕਰੇਗਾ ਫੂਡ ਵਗੈਰਾ ਵੀ ਮੰਗਾ ਲਈ ਠੀਕ ਹੈ ਤੇ ਬਸ ਹੁਣ ਵੀ ਲੈ ਫਿਰ ਉਰੇ ਤਾਂ ਕੱਚੀ ਲੱਸੀ ਮਿਲੂਗੀ ਜਾਂ ਦੁੱਧ ਮਿਲੂ ਜਾਂ ਫਿਰ ਲੱਸੀ ਮਿਲੂਗੀ ਜਾਂ ਸਾਗ ਮਿਲੂ ਜਾਂ ਗੋਹਾ ਓ ਸੌਰੀ ਜਾਂ ਫਿਰ ਹੋਰ ਹਰੀ ਮੂੰਗੀ ਖਾਣੀ ਲੱਗੀ ਤੈਨੂੰ ਕਿਉਂ ਫਿਰ ਆਹ ਪੀਜੇ ਪੂਜੇ ਹੀ ਸਾਡੇ ਦੇਸੀ ਆਪ ਦੇਸੀ ਪਿੰਡਾਂ 'ਚ ਮਿਲਦੇ ਹੈਗੇ ਫਿਰ ਤੂੰ ਬਾਹਰੋਂ ਜਾ ਕੇ ਲਿਆ ਸਕਦਾ ਨਾ ਬਾਹਰ ਨੂੰ ਹੁਣ ਮੈਂ ਕੈਨੇਡਾ ਜਾਵਾਂ ਤੂੰ ਮੇਰੇ ਵਾਸਤੇ ਇੰਨਾ ਕੁ ਵੀ ਨਹੀਂ ਕਰ ਸਕਦਾ ਮੈਂ ਚੱਲੀ ਫਿਰ ਓ ਮੇਰੀ ਸੁਖਤਾ ਲੈ ਕਰ ਲਿਆਉਂਗਾ ਕੱਲੂ ਜਾਊਂਗਾ ਬਾਜ਼ਾਰ ਪੱਕਾ ਹਾਂ ਕਰ ਦੂੰਗਾ ਤੂੰ ਮੈਨੂੰ ਚਾਰ ਠੀਕ ਹੈ ਹੋਰ ਕੀ ਮੰਮੀ ਇੱਕ ਗੱਲ ਦੱਸਾਂ ਤੁਸੀਂ ਘੰਟੇ ਦਾ ਪ੍ਰਾਹੁਣਾ 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 ਲਾਇਆ ਕੰਮ ਮੇਰੀ ਕੋਈ ਇੱਜ਼ਤ ਹੀ ਨੀ ਹੈਗੀ ਇਸ ਘਰ 'ਚ ਨਾ ਮੇਰੀ ਕੋਈ ਨਾ ਸੁਣੂਗਾ ਹੁਣ ਉਹਦੀ ਸੁਣੂਗਾ ਸਾਰੇ ਹੈ ਉਹਨੂੰ ਭੈਣ ਦਿੱਤੀ ਹੋਈ ਹੈ ਨਾ ਕਿ ਅਸੀਂ ਘਰ ਦਿੱਤਾ ਗਾ ਉੱਥੇ ਪਾਰਟੀ ਰੱਖੋ ਵਧੀਆ ਜੀ ਮੇਰੇ ਬਾਪੂ ਦੀ ਵੀ ਸੁਣ ਲਿਆ ਕਰ ਬੇਚਾਰਾ ਉਹ ਚਿਮਟੇ ਵਰਗਾ ਕੱਢ ਰੱਖਿਆ ਗਿਆ ਬੋਲਣ ਵੀ ਨੀ ਦਿੰਦੀ ਹੈਗੀ ਉਹਨੂੰ ਬੋਲਣ ਨੀ ਦਿੰਦੀ ਆ ਤੂੰ ਕੀ ਰੰਗ ਲਾਤਾ ਮੇਰੇ ਢਿੱਡੋਂ ਜੰਮਿਆ ਉਹਨੇ ਤੂੰ ਕੀ ਕਰਤਾ ਮੰਮੀ ਜੀ ਏਦਾਂ ਦੇਖੇ ਮੈਂ ਸੋਹਣੀ ਨੀ ਹੈਗੀ ਤੂੰ ਪੁੱਤ ਸੋਹਣੀ ਹੈ ਬਹੁਤ ਸੋਹਣੀ ਹੈ ਫਿਰ ਤੇ ਪ੍ਰਾਹੁਣਾ ਆ ਗਿਆ ਸੀ ਰਿਸ਼ਤਾ ਤੁਹਾਡੇ ਮੁੰਡੇ ਦੀ ਨਾ ਸ਼ਕਲ ਦੇਖ ਲਓ ਠੀਕ ਹੈ ਇਹਦੇ ਨਾਲ ਕੋਈ ਮੇਰੇ ਜਿੰਨੀ ਸੋਹਣੀ ਫਸਣੀ ਵੀ ਨਹੀਂ ਸੀ ਮੈਂ ਤਾਂ ਪਤਾ ਨਹੀਂ ਕਿਵੇਂ ਵਿਆਹ ਕਰਵਾ ਲਿਆ ਤੇਰੇ ਨਾਲ ਤਰਸ ਜਾ ਖਾ ਕੇ ਤੇ ਮੈਂ ਪੁੱਤ ਉਹਨੂੰ ਕੀ ਜਵਾਬ ਦਵਾਂ ਮੈਂ ਤਾਂ ਇਹ ਗੱਲ ਦਾ ਜਵਾਬ ਮੰਗਦੀ ਹਾਂ ਤੁਸੀਂ ਤੁਹਾਡੇ ਪ੍ਰਾਹੁਣੇ ਦੀ ਨਾ ਸਿੱਧਾ ਜਵਾਬ ਦੇ ਦੇ ਮੇਰੀ ਗੱਲ ਕਰਾ ਦਿਓ ਠੀਕ ਹੈ ਮੈਂ ਹੈਗੀ ਆ ਨਾ ਮੈਂ ਆਪੇ ਹੈਂਡਲ ਕਰੂੰ ਜਾ ਹੁਣ ਤੂੰ ਨਵੀਂ ਨਵੀਂ ਆਈ ਹੈ ਹੈਂ ਹੁਣ ਮੈਂ ਘਰੇ ਇਹ ਪਤਾ ਲਗਾਉਂਗਾ ਤੇਰੇ ਨਾਲ ਤਾਂ ਨਹੀਂ ਮੈਂ ਨਵੀਂ ਨਵੀਂ ਆਈ ਹੈਗੀ ਉਹ ਹੀ ਤਾਂ ਗੱਲ ਹੈ ਪਹਿਲਾਂ 4-5 ਸਾਲ ਮੈਂ ਦਿਮਾਗ ਤੂੰ ਖਰਾਬ ਕਰ ਲਿਆ ਤੇਰੇ ਨਾਲ ਰਹਿ ਕੇ ਹੁਣ ਆਪਦੇ ਘਰਦਿਆਂ ਦਾ ਵੀ ਦਿਮਾਗ ਖਰਾਬ ਉਹ ਮਤਲਬ ਵੀ ਤੇਰੇ ਨਾਲ ਬਾਹਲਾ ਜ਼ਿਆਦਾ ਪਿਆਰ ਹੈ ਨਾ ਬਾਹਲਾ ਗੂੜਾ ਹਾਂ ਇਹਨਾਂ ਨੂੰ ਦੱਸਣਾ ਨਹੀਂ ਹੈਗਾ ਆ ਬੇਬੇ ਤੇਰੀ ਨੌਂ ਨੂੰ ਨਾ ਐਂ ਕਰ ਰੋਟੀ ਲਿਆ ਦੇ ਪਾ ਕੇ ਰੋਟੀ ਨਹੀਂ 3 ਖੁੰਜੇ ਪਰੌਂਠੇ ਦੇਸੀ ਘਿਓ ਲਾ ਲਈ ਹਾਂ ਤੂੰ ਖੜਾ ਹੋ ਕੇ ਪੀਜੇ ਲੈ ਆ ਨਾ ਕਿਹੜੇ ਪੀਜੇ ਸਾਰੀ ਨਾ ਸਾਡੇ ਪ੍ਰਾਹੁਣੇ ਦੀ ਚਮੜਾਈ ਹੋਈ ਆ ਹਾਂ ਉਹ ਬੀਬੀ ਜੀ ਇਹ ਤਾਂ ਕੋਈ ਸੁਣਦਾ ਨਹੀਂ ਹੈਗਾ ਹੈਂ ਦੇਵਤਾਏ ਆ ਦੇਵਤਾਓ ਹੈ ਦੇਬੂ ਕੀ ਕਰੇ ਯਾਰ ਇੱਕ ਉਹ ਸਾਡੀ ਕੁੜੀ ਵਿਚਾਰੀ ਭੋਲੀ ਹੈ ਹੈਂ ਉਹ ਪ੍ਰਾਹੁਣਾ ਬਸ ਹੋਰ ਨਾ ਪਹਿਲਾਂ ਤਾਂ ਮੈਨੂੰ ਇਹ ਦੱਸ ਤੂੰ ਕਰਜਾਈ ਕਿੰਨਾ ਕਹਿ ਬਾਲਾ ਕਰਜਾਈ ਨਹੀਂ ਆਹੀ ਕਿਤੇ ਮੈਂ ਬਸ 25-30 ਲੱਖ ਦਾ ਹੋਰ 25-30 ਲੱਖ ਫਿਰ ਆਹ ਕਿੱਡੀ ਗੱਲ ਹੈ ਸਾਡੇ ਟਰੱਕ ਚੱਲਦੇ ਨੇ ਵੱਡੇ ਵੱਡੇ ਟਰਾਲੇ ਚੱਲਦੇ ਨੇ ਦਸਤਾ ਪੈਟਰੋਲ ਪੰਪ ਨੇ ਪਾਗਲੇ ਸੱਚੀ ਹੋਰ ਕੀ ਤੈਨੂੰ ਫੋਰਚੂਨਰ ਚੂਈ ਥੋੜੀ ਲੈ ਕੇ ਆਇਆ ਮੈਂ ਉਹ ਵੀ ਮੰਗ ਲਈ ਹੋਰ ਠੀਕ ਹੈ ਫਿਰ ਠੀਕ ਹੈ ਚਲੋ ਠੀਕ ਹੈ ਤੁਸੀਂ ਐਂ ਕਰੋ ਮੈਂ ਥੋੜਾ ਟਾਈਮ ਰੈਸਟ ਕਰਨਾ ਚਾਹਣੀ ਹਾਂ ਚਲ ਠੀਕ ਹੈ ਮੇਰੀ ਨਾਲ ਆ ਤਾਂ ਤਾਰਦੇ ਹੁਣ ਕੀ ਪ੍ਰਾਹੇ ਜੇ ਪਰਖੇ ਨੇ ਬਣ ਚੱਡਾ ਵੱਡਾ ਪਹਿਲਾਂ ਰੱਬ ਨੇ ਖਰਾਬ ਤੇ ਮੈਨੂੰ ਡਿਸਟਰਬ ਨਾ ਕੀਤਾ ਜਾਵੇ ਆਉ ਜਾ ਹੁਣ ਮੈਨੂੰ ਤਾਂ ਲੱਗਦਾ ਵੀ ਮੇਰੀ ਬੁਰੀ ਗੱਲ ਨਹੀਂ ਕੋਈ ਓ ਹਾਂ ਗੈਰੀ ਓ ਹਾਂ ਹਾਂ ਮੇਰੀ ਗੱਲ ਸੁਣ ਧੰਨਵਾਦ ਤੇਰਾ ਤੂੰ ਆਪਣੀ ਗੱਡੀ ਦੇ ਦਿੱਤੀ ਮੈਨੂੰ ਓ ਹਾਂ ਕਰਵਾ ਲਿਆ ਵਿਆਹ ਤਾਂ ਯਾਰ
ਆ ਇੱਥੇ ਯਾਰ ਮੇਰੀ ਬੇਬੇ ਕਿਸੇ ਹੋਰ ਨੂੰ ਨਹਾ ਕਰੀ ਬੈਠੀ ਸੀ ਉਹ ਕਿਸੇ ਹੋਰ ਨੂੰ ਮਤਲਬ ਸਾਡੇ ਪਰਾਉਣੇ ਨੂੰ ਹਾਂ ਮੇਰੀ ਚੱਲ ਮੈਂ ਕਰਦਾ ਇੱਕ ਮਿੰਟ ਗੱਲ ਹਾਂ ਮੇਰੀ ਗੱਲ ਸੁਣ ਮੈਨੂੰ ਤਾਂ ਇਰਾਦੇ ਉਹ ਤੇਰੇ ਉੱਤੋਂ ਦੀ ਹੈ ਬਾਲਾ ਬੋਲਦੀ ਹੈ ਉਹ ਬੇਬੇ ਬੋਲਦੀ ਤਾਂ ਜ਼ਰੂਰ ਹੈ ਹੁਣ ਹੁਣ ਉਹ ਗੂੰਗੀ ਹੋਊਗੀ ਤੇਰੇ ਜਿੰਨਾ ਨਹੀਂ ਬੋਲਦੀ ਹੈਗੀ ਮੈਨੂੰ ਨਹੀਂ ਪਤਾ ਮੇਰੀ ਚੱਲੂ ਕਰਦੇ ਹੁਣ ਤੇ ਮੇਰੀ ਚੱਲੀ ਹੈ ਤੇ ਮੇਰੀ ਚੱਲੂਗੀ ਮੈਂ ਨਾ ਜੁੱਤੀ ਦੇ ਥੱਲੇ ਰੱਖੂ ਕਿੰਨਾ ਕੁ ਟਾਈਮ ਚਲਾ ਲਈ ਤੂੰ ਆਪੀ ਫਿਰ ਫਿਰ ਕਿਉਂ ਨਹੀਂ ਆ ਹੱਥ ਪੈਰ ਚੱਲਦੇ ਆ ਮੇਰੇ ਉਹਨਾਂ ਦੇ ਰੱਖ ਉਹ ਕੋਈ ਨਾ ਬੇਬੇ ਤੇਰੀ ਉਹ ਚੱਲੂਗੀ ਉਹਨੇ ਕੀ ਕਰਨਾ ਗਾ ਉਹਨੇ ਵੀ ਬਹਿ ਕੇ ਤੇਰੇ ਵਾਂਗੂ ਖਾਣਾ ਪੀਣਾ ਹੀ ਹੈ ਜਿਵੇਂ ਹੁਣ ਤੱਕ ਤੂੰ ਮੇਰੇ ਬਾਪੂ ਦਾ ਦਿਮਾਗ ਖਾਂਦਾ ਹੈ ਉਹ ਤੇਰਾ ਦਿਮਾਗ ਖਾਈ ਜਾਊਗੀ ਸਮਝਾ ਦੀ ਮੈਂ ਤੈਨੂੰ ਇੱਕ ਗੱਲ ਦੱਸਦੀ ਮੇਰਾ ਘਰ ਵਸ ਲੈਂਦੇ ਮੈਂ ਕੀ ਰੋਕਦੀ ਹੋਰ ਕੀ ਰੋ ਕੇ ਰਹੀ ਹੈ ਫਿਰ ਤੂੰ ਇਹ ਮੈਂ ਤੈਨੂੰ ਆਏ ਗਿਆ ਵੀ ਉਹਨੂੰ ਮਾੜਾ ਮੋਟਾ ਨਾ ਬਸ ਰੱਖੀ ਵਧੀਆ ਤਿੱਖੀ ਉਹ ਤੂੰ ਜਾ ਬੇਬੇ ਉਹ ਸੜੇ ਜੇ ਸੁੱਡਲ ਜੇ ਪਰਾਉਣੇ ਪਿੱਛੇ ਤੂੰ ਲੱਗੀ ਫਿਰਦੀ ਹੈਗੀ ਮੂੰਹ ਨਾ ਮੱਥਾ ਕੋਈ ਐਡਾ ਕੋ ਉਹਦਾ ਕੱਦ ਹੈਗਾ ਤੈਨੂੰ ਲੱਗਦਾ ਸੁੱਡਲ ਐਦਾਂ ਇੱਦਾਂ ਜੰਦ ਭਾਲੇ ਦੀ ਆ ਵੀ ਕੀ ਬਾਤ ਹੈ ਹੜੋ ਤੇਰੇ ਇੱਦੇ ਚੰਨ ਨੂੰ ਰੱਬਣ ਵਾਲੀ ਨੂੰ ਤੇ ਕੀ ਹੋ ਇੱਦਾਂ ਚੱਲ ਹੋਏ ਕੁੜੀ ਛੱਡ ਦੇਵੇ ਹਾਂ ਦਿਖਾ ਤਾ ਆਪਦਾ ਰੰਗ ਸਾਨੂੰ ਕੌਣ ਛੱਡ ਦੇ ਕੁੜੀ ਪਰਾਉਣਾ ਹੋਰ ਕੌਣ ਪਰ ਤੂੰ ਵੀ ਬਾਗ ਜੀ ਅੱਛਾ ਕਿੱਧਰ ਬਾਗ ਗਿਆ ਮੈਂ ਆਏ ਕਿਵੇਂ ਕੁੜੀ ਛੱਡ ਦੂਗਾ ਹੁਣ ਤੂੰ ਪਰਾਉਣੇ ਦੇ ਨਾਲ ਰਲ ਕੇ ਗੱਲਾਂ ਕਰਦੀ ਹੈ ਤੂੰ ਰੋਟੀ ਬਣਾ ਦੇ ਮੈਂ ਗੱਲ ਕਰ ਲਾ ਮਾੜਾ ਯਾਰ ਦੋਸਤ ਆਉਣਗੇ ਮੇਰੇ ਪੈਗ ਪੁੱਗ ਲਾਉਣਾਗਾ ਸ਼ਾਮ ਨੂੰ ਪਾਰਟੀ ਵੀ ਦੇਣੀ ਆ ਮੈਂ ਉਹਨੂੰ ਅੱਜ ਦਾ ਦਿਨ ਤਾਂ ਬਹਿ ਜਾਣ ਦੇ ਦੋ ਮਿੰਟ ਚੱਲ ਚੰਗਾ ਓਏ ਹੈਲੋ ਹਾਂ ਪੈਰੀ ਉਹ ਕੁਛ ਨੀ ਯਾਰ ਥੱਕ ਜੇ ਗਿਆ ਤੈਨੂੰ ਪਤਾ ਹੈਗਾ ਅੱਜ ਤਾਂ ਵਿਆਹ ਕਰਵਾਇਆ ਇੱਕ ਤਾਂ ਮੇਰੀ ਬੇਬੇ ਨੀ ਖੜਦੀ ਹੈਗੀ ਐਂ ਕਰੀਓ 5 ਵਜੇ ਆ ਜਾਇਓ ਸ਼ਾਮ ਨੂੰ ਲਾਉਣਾ ਪੈਗ ਪੁੱਗ ਚੱਲ ਠੀਕ ਹੈ ਚੰਗਾ ਮੇਰੀ ਗੱਲ ਸੁਣ ਹਾਂ ਤੂੰ ਜਵਾਬ ਦੇ ਦੇ ਕਿਹਨੂੰ ਜਵਾਬ ਦੇ ਦੇ ਪ੍ਰਾਹੁਣੇ ਨੂੰ ਕਿਉਂ ਮੈਂ ਕਿਹਾ ਤੇ ਜਵਾਬ ਹੋਰ ਕੌਣ ਦੇਊਗਾ ਤੂੰ ਹੀ ਦੇ ਤੂੰ ਦੇ ਦੇ ਲਾ ਮੈਨੂੰ ਤੇ ਕਹਿਣਾ ਔਖਾ ਲੱਗ ਅੱਛਾ ਮੈਨੂੰ ਸੌਖਾ ਲੱਗੂ ਗੱਲਾਂ ਕਰਦੀ ਉਦੋਂ ਐ ਕਰਦੀ ਸੀ ਮੇਰੇ ਤਾਂ ਘਰੇ ਚੱਲਦੀ ਐ ਚੱਲਦੀ ਚਲਾ ਬਈ ਚਲਾ ਚਲਾ ਕੋਈ ਨੀ ਮੈਂ ਜਵਾਬ ਦੇ ਦੇ ਤੂੰ ਕਿਹਾ ਜਵਾਬ ਦੇ ਮੈਂ ਤੈਨੂੰ ਉਦੀ ਕਿਹਾ ਜਵਾਬ ਦੇ ਦੇ ਬਸ ਸਿੱਧੀ ਜੀ ਗੱਲ ਹਾਂ ਤੂੰ ਭਗਤਾ ਪਹਿਲਾਂ ਤਾਂ ਚੌਧਰ ਕਰਨ ਲੱਗ ਜਾਂਦੀਆਂ ਉਹਦਾ ਬੰਦਿਆਂ ਦੇ ਆਏ ਬੰਦਿਆਂ ਦੇ ਅਸੀਂ ਚਲਾ ਕੇ ਬਾਅਦ ਹੁਣ ਤੂੰ ਦੇ ਦੇ ਜਵਾਬ ਕਿਉਂ ਮੈਂ ਕਿਉਂ ਦੇਵਾਂ ਬਈ ਕਰੇ ਕੋਈ ਭਰੇ ਕੋਈ ਅੱਜ ਕਰਦਾ ਨਾ ਲੋਟ ਮੇਰੇ ਇਹਨੇ ਪੁੱਛਿਆ ਵਿਆਹ ਕਿਵੇਂ ਕਰ ਲਿਆ ਮੈਨੂੰ ਹਾਂ ਉਹ ਨਿਕਲੋ ਬਾਹਰ ਉਹ ਮੈਂ ਆ ਪ੍ਰਾਹੁਣਾ ਤੁਹਾਡਾ ਨਿਕਲੋ ਬਾਹਰ ਉਹ ਗੇਟ ਖੋਲ ਦਾ ਤੋੜ ਦਾ ਐਂ ਮਨ ਤੋੜ ਨਹੀਂ ਪਵਨ ਚਲਾਦਾ ਕਿੱਧਰ ਮਰ ਕੇ ਘੰਟਾ ਹੋ ਗਿਆ ਹੈ ਕਿੱਥੇ ਤੁਹਾਡਾ ਟੱਬਰ ਸਾਰਾ ਆਓ ਬੇਬੇ ਤੂੰ ਚੰਗੀ ਨਹੀਂ ਕੀਤੀ ਮੇਰੇ ਨਾਲ ਬੈਠਣ ਵਾਲੀ ਗੱਲ ਹੀ ਨੀ ਰਹੀ ਕੋਈ ਮੈਂ ਸਿਆਣਾ ਸੁਣਦਾ ਹੈ ਹੀ ਨੀ ਮੇਰੀ ਬੇਬੇ ਕਿੰਨੀ ਇੱਜ਼ਤ ਸੀ ਬਾਪੂ ਤੂੰ ਮੈਨੂੰ ਛੱਡ ਦੇ ਬੇਬੇ ਨਾਲ ਮੈਂ ਬੇਬੇ ਨਾਲ ਗੱਲ ਆ ਪਾਣੀ ਦਿਓ ਬੇਬੇ ਬੈਠਣ ਵਾਲੀ ਕੋਈ ਗੱਲ ਨੀ ਮੇਰੀ ਪਤਾ ਕਿੰਨੀ ਇੱਜ਼ਤ ਹੈ ਪਿੰਡ ਤੇ ਬਾੜੀ ਇੱਜ਼ਤ ਆ ਮੇਰੀ ਮੈਂ ਤੁਸੀਂ ਮਿੱਟੀ ਲਾਤੀ ਜਮਾ ਖੇ ਕਰਤੀ ਮੇਰੀ ਖੇ ਸਾਰਿਆ ਤੂੰ ਚੰਗੀ ਨੀ ਕੀਤੀ ਮੇਰੇ ਨਾਲ ਚੱਲ ਕੋਈ ਨਾ ਮੇਰੀ ਬੋਲੀ ਚਲ ਜੀ ਕੁੱਤਾ ਪੂਜ ਲਾ ਕੇ ਪੁੱਛਦਾ ਮੈਂ ਬੈਠਣ ਵਾਲੀ ਗੱਲ ਨੀ ਕੀਤੀ ਮੈਂ ਜਾਣਾ ਤੇਰੀ ਭੈਣ ਦਾ ਇੱਥੇ ਸਮਾਨ ਅੱਜ ਹੀ ਆਊ ਅੱਜ ਹੀ ਕੁੱਤਾ
ਮੇਰੀ ਬੈਟ ਨਾਲ ਹੀ ਗੱਲ ਨਹੀਂ ਕੀਤੀ ਸੀ ਵਾਹ ਮਾ ਪਾਣੀ ਲਿਆਵੇ ਮਾਪੂ ਓ ਬੇਬੇ ਤੇਰਾ ਸਾਰਾ ਮਾਨ ਤਾਨ ਕਰਾਂਗੇ ਤੂੰ ਕੋਈ ਹੋਰ ਯਾਰ ਮਾਨ ਵਾਲੇ ਹੁਣ ਰਹਿ ਹੀ ਨਹੀਂ ਗੱਲ ਗਈ ਅਸੀਂ ਸਾਰੇ 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 ਨਹੀਂ ਖਰਾਬ ਕਰਾਂ ਤੋ ਨਾ ਉੱਤੇ ਤੇ ਉਹ ਵੀ ਫਿਰ ਗੱਲ ਹੋ ਗਈ ਆ ਮਾਰ ਦਾ ਪੰਦਰ ਨੂੰ ਤੇਰੀ ਭੈਣ ਕਹਿੰਦੀ ਤੇਰੀ ਤੇ ਬਾਲੀ ਇੱਜ਼ਤ ਕਰਦੇ ਆ ਦੇਖ ਕਰਾਤੀ ਅੱਜ ਤੇ ਇੱਜ਼ਤ ਤੇਰੀ ਇੱਜ਼ਤ ਕਰਦੇ ਆ ਤੇ ਕੋ ਹੋਰ ਇੱਜ਼ਤ ਨਾ ਕਰਾ ਲਈ ਯਾਰ ਖੜਦਾ ਮਸੂ ਤਾਂ ਮੇਰਾ ਘਰ ਬਸਿਆ ਤੂੰ ਝਾੜ ਮੂੰ ਕਰਦਾ ਮੇਰੇ ਆ ਪਾਣੀ ਮੈਂ ਕਿਦਾਂ ਪੀਂ ਮੈਂ ਤੇ ਨਹੀਂ ਲੱਗਦਾ ਪਾਣੀ ਲੰਘਦਾ ਮੇਰੇ ਉਹ ਕੌਣ ਆ ਗਈ ਮੇਰੇ ਘਰ ਵਾਲੀ ਆ ਗਈ ਕੀ ਇਹ ਕੌਣ ਆ ਓ ਯਾਰ ਪਰੌਣਾ ਹੈ ਸਾਡਾ ਚਲ ਚੰਨੀਆ ਟਾਈਮ ਨਾਲ ਕਿੰਨਾ ਬੋਲਦਾ ਸੀਗਾ ਇਹੋ ਜਿਹਾ ਜਮਾਈ ਲੱਭਿਆ ਤੁਸੀਂ ਆਪਦੀ ਕੁੜੀ ਵਾਸਤੇ ਕੋਈ ਢੰਗ ਦਾ ਲੱਭ ਲੈਂਦੇ ਉਹ ਬੋਲਦਾ ਸੀਗਾ ਭਾਈ ਯਾਰ ਫਿਰ ਵੀ ਜਮਾਈ ਭਾਈ ਇਹਨਾਂ ਨੂੰ ਪਤਾ ਕਾ ਹੋਰਾ ਗਲਤ ਹੀ ਹੋ ਜਾਂਦੀ ਗੱਲ ਹੋਰ ਕੁਝ ਨਹੀਂ ਹਾਏ ਹਾਏ ਕਿਉਂ ਉਹ ਮੈਨੂੰ ਸੁੱਡਲ ਕਿਵੇਂ ਕਹਿੰਦਾ ਸੀਗਾ ਉਹ ਸੋਹਣਾ ਲੱਗਦਾ ਸੁੱਡਲ ਕਹਿੰਦਾ ਮੈਨੂੰ ਗੁੱਸਾ ਸੀਗਾ ਇਹਨੇ ਹਾਂ ਕਹਿਤੀ ਉਹਦੇ ਨੂੰ ਆਈ ਹੋ ਗਿਆ ਵੀ ਉਧਰ ਮੈਂ ਜਮਾਨ ਫੜਾ ਤੇ ਉਹਨੂੰ ਗੁੱਸਾ ਹੋ ਗਿਆ ਇਹ ਉੱਤੇ ਜਵਾਬ ਦੇਣ ਦੀ ਇੰਨੀ ਗੱਲ ਵੱਧਦੀ ਨਹੀਂ ਸੀਗੀ ਗੱਲ ਕਿੱਥੋਂ ਵਧੀ ਇਹਨੇ ਕਹਿਤਾ ਵੀ ਮੈਂ ਰਿਸ਼ਤਾ ਲੈ ਇਹਨੂੰ ਫਸਾ ਕਰਨ ਲੱਗੀ ਹੋਰ ਕੁਝ ਨਹੀਂ ਜਵਾਨ ਕਰੀ ਆ ਵੀ ਹੁਣ ਤਾਂ ਉਹ ਇੱਕ ਘੰਟਾ ਇਹਦਾ ਨਾਲ ਲੱਗੀ ਪਈ ਸੀਗੀ ਚਲ ਕੋਈ ਗੱਲ ਨੀ ਬਾਪੂ ਜੀ ਹੁਣ ਉਹ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ ਅਸੀਂ ਫਿਰ ਜਾ ਕੇ ਦੀਦੀ ਨਾਲੇ ਮਿਲ ਆਵਾਂਗੇ ਨਾਲੇ ਮਾਫੀ ਮੰਗ ਆਵਾਂਗੇ ਜੇ ਉਹਨੇ ਮੇਰੀ ਘਰੇ ਗਈ ਦੀ ਬੇਇੱਜ਼ਤੀ ਕਰੀ ਫੇਰ ਨਹੀਂ ਮੈਂ ਬਖਸ਼ਣਾ ਨਹੀਂ ਭਾਈ ਘਰੇ ਗਏ ਨੂੰ ਕੋਈ ਨਹੀਂ ਘਰੇ ਗਏ ਨੂੰ ਕੋਈ ਨਹੀਂ ਕੁੱਟਣਾ ਨਾ ਹੁੰਦਾ ਇਹਦਾ ਜਾਇਓ ਜਾ ਕੇ ਨਾਲ ਤਾਂ ਮਿਲ ਆਉਂਗੇ ਤੁਹਾਨੂੰ ਕੰਮ ਹੋ ਜਾਣਗੇ ਨਾ ਘਰ ਬਾਤ ਪਤਾ ਲੱਗ ਜੂਗਾ ਤੇ ਨਾਲੇ ਜਿਹੜੀ ਆਪਾਂ ਕਰਦੀ ਸਮਾਂ ਘਰੇ ਆਏ ਨਾਲ ਉਹ ਆਪਾਂ ਗਲਤ ਕਰਤਾ ਜਾ ਕੇ ਮਾਫੀ ਮੰਗਣ ਦਾ ਹੱਕ ਬੇਬੇ ਤੂੰ ਕੁਛ ਮਰਜ਼ੀ ਕਹਿ ਲੱਛਣ ਤਾਂ ਛਿੱਤਰ ਖਾਣ ਵਾਲੀ ਸੀ ਚੱਲ ਗੁੱਸਾ ਸੀਗਾ ਪੁੱਤਰ ਨੂੰ ਮੈਂ ਹਾਂ ਕਰੀ ਸੀ ਚੱਲ ਕੋਈ ਨਾ ਮੈਂ ਚਾਹ ਬਣਾ ਕੇ ਲਿਆਉਣੀ ਹੁਣ ਤੁਹਾਡੇ ਵਾਸਤੇ ਤੁਸੀਂ ਬੈਠੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਤੇ ਚੈਨਲ ਨੂੰ ਕਰ ਲਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਤੋਂ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ ਜੀ